ਪੰਜਾਬੀ ਸਟੱਡੀ ਪੁਆਇੰਟ 60 ਥੀ ਵੇਖ ਰਹੇ ਸਾਰੇ ਹੀ ਈਵਰਸ ਆ ਇਸ ਚੈਨਲ ਤੇ ਇੱਕ ਵਾਰ ਫੇਰ ਸਵਾਗਤ ਮੈਂ ਅਮਰਜੀਤ कौर ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਨਮੁਖੇਸ਼ ਹੈ ਗਿਆ ਤੇ ਇਸ ਵੀਡੀਓ ਚ ਆਪਾਂ ਚਰ ਲਹੀ ਲੜੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 6ਵੇਂ ਸੈਮੈਸਟਰ ਦੇ ਸਿਲੇਬਸ ਦੀ ਪਾਰਟ ਪੁਸਤਕ ਹੈ ਜੋ ਜਿਸ ਦਾ ਨਾਮ ਹੈ ਅਨੂਪ ਕਰਨਾਵਲ ਇਸ ਨੂੰ ਪੜ੍ਹਨਾ ਹੈਗਾ ਇਸ ਤੋਂ ਪਹਿਲਾਂ ਇਸ ਦੇ ਇੱਕ ਭਾਗ ਸੀ ਜੋ ਇਸ ਦਾ ਮੁਖੜਾ ਇਸ ਦੇ ਨਾਵਲ ਬਾਰੇ ਪੂਰੀ ਜਾਣਕਾਰੀ ਲੇਖਕ ਵੱਲ ਤੇ ਦੂਸਰਾ ਭਾਗ ਸੀ ਜਿਸ ਦਾ ਨਾਮ ਸੀਗਾ ਵਾਲ ਇੱਕ ਮੁੱਛ ਦਾ ਤੇ ਅਸਲ ਵਿੱਚ ਉਹ ਨਾਵਲ ਦਾ ਪਹਿਲਾ ਭਾਗ ਸੀਗਾ ਤੇ ਹੁਣ ਅੱਜ ਆਪਾਂ ਨਾਵਲ ਦਾ ਦੂਸਰਾ ਭਾਗ ਪੜ੍ਹਨਾ ਹੈ ਜਿਸ ਦਾ ਸਿਰਲੇਖ ਹੈ ਲਾਹੌਰ ਤਾਂ ਇਹ ਲੇਖ ਹਰਨਾਮ ਦਾ ਸਹਰਾਜੀ ਜੀ ਦੁਆਰਾ ਲਿਖਿਆ ਹੈ ਤੇ ਇਸ ਨਾਵਲ ਦਾ ਆਪਾਂ ਦੂਸਰਾ ਭਾਗ ਪੜਦੇ ਹੈਗੇ ਆਂ ਦੇਖਦੇ ਹੈਗੇ ਆਂ ਵੀ ਇਹਦੇ ਵਿੱਚ ਅੱਗੇ ਕੀ ਵਾਪਰਦਾ ਹੈਗਾ ਪੰਜਾਬ ਦੇ ਸੂਬੇ ਦੀ ਪੱਗ ਮਹਾਵਤ ਕਾਨੇ ਕੀ ਬੰਨੀ ਰੂਸੀਆਂ ਬਹਾਰਾਂ ਖਿਜ਼ਾਂ ਵਿੱਚ ਹੀ ਮੜਾਈਆਂ ਕਰੁੰਬਲਾਂ ਫੁੱਟੀਆਂ ਤੇ ਕਲੀਆਂ ਨੇ कुंठ ਚੁੱਕੇ ਅੱਖਾਂ ਵਿੱਚ ਸੁਰਮੇ ਗੋਰੀਆਂ ਤਲੀਆਂ ਉੱਤੇ ਕਾਲਿਆਂ ਬਾਗਾਂ ਦੀ ਮਹਿੰਦੀ ਨੱਕ ਵਿੱਚ ਲੌਂਗ ਮੁੱਤੀਆਂ ਜੜਿਆ ਰੇਸ਼ਦਾਰ ਸੁੱਥਣਾ ਸੂਫ ਦੀਆਂ ਘੇਰੇਦਾਰ ਕੁੜਤੇ ਟੱਕੇ ਦੀ ਮਲਮਲ ਦਾ ਦੁਪੱਟਾ ਨੱਕ ਵੀ ਲੱਬਦਾ ਜੇ ਮੋਤੀਆਂ ਵਾਲਾ ਲੌਂਗ ਵੀ ਠੋਡੀ ਦਾ ਡੁੰਗ ਉੱਪਰ ਕੇ ਸਾਹਮਣੇ ਆ ਜਾਂਦਾ ਗੋਰੀ ਦਾ ਰੂਪ ਬਿਨਾ ਗਹਿਣੋ ਹੀ ਝੱਲੇ ਨਾ ਜਾਂਦਾ ਸਾਹਮ ਸਾਹਮ ਰੱਖੇ ਹੁਸਨ ਦੀਆਂ ਨਮੈਸ਼ਾ ਹੋਣ ਲੱਗ ਪਈਆਂ ਗੋਰੀਆਂ ਵੀ ਨਿਕਲੀਆਂ ਤੇ ਕਣਕ ਪਿੰਨੀਆਂ ਵੀ ਸਾਵਰਿਆਂ ਵੀ ਫਵੀਆਂ ਤੇ ਸੋਨੇ ਰੰਗੀਆਂ ਵੀ ਕਿਸਮਤ ਪਰਖਣ ਦੇ ਦਿਨ ਆ ਗਏ ਫੈਸ਼ਨ ਲਾਹੌਰ ਦੀ ਬੁੱਕਲ ਵਿੱਚ ਉਬਰਿਆ ਤੇ ਮਹਿਫਲ ਵਿੱਚ ਝਾਂਜਰ ਬੋਲ ਪਈ ਤਬਲਾ 부ੜ ਕੇ ਆ ਤੇ ਸਰੰਗੀ ਨੇ ਸੁਰ ਕੱਢੀ ਰੌਣਕਾਂ ਫੇਰ ਮੁੜਾਈਆਂ ਸ਼ਾਹੀ ਬਾਰਾਂਦਰੀ ਦੇ ਵਿੱਚ ਲਾਹੌਰ ਵਿੱਚ ਦਿੱਲੀ ਵਾਲਿਆਂ ਦੀ ठाਠ ਸੀ ਤੇ ਦੱਖਣ ਦੀਆਂ ਮਲੂਕਣਾ ਨਾਜ਼ੁਕ ਨਾਜ਼ਕ ਕਮਰ ਵਾਲੀਆਂ ਤਿੱਖੇ ਨੈਣ ਨਕਸ਼ ਵਾਲੀਆਂ ਝੁਰਮਟ ਵਿੱਚੋਂ ਵਖਰੀਆਂ ਵਖਰੀਆਂ ਜਾਂਦੀਆਂ ਲਾਹੌਰ ਵਿੱਚ ਮੰਡੀ ਲੱਗੀ ਗੋਰੀਆਂ ਦੀ ਮਹਿਫਲਾਂ ਜੰਮੀਆਂ ਤੇ ਸੁਰਾਹੀਆਂ ਨੇ ਗਲਾਸਾਂ ਦੇ ਮੂੰਹ ਚੁੰਮੇ ਸਿਰ ਵਾਰਨੇ ਕਰਨ ਲੱਗ ਪਈ ਉਨਾਭੀ ਰੰਗ ਦੀ ਲਾਲ ਪਰੇ ਕੱਦ ਮਾਪਣ ਲੱਗ ਪਏ ਬਲੋਰੀ ਗਲਾਸ ਬੰਦ ਗਲਮੀਨੇ ਵਰਗੀ ਮੁਗਲ ਮੁਟਿਆਰ ਜਿਹੀ ਸਰਾਹੀ ਨਾਲ ਸਰਾਹੀ ਗਲਾਸ ਨੂੰ ਆਪਣੇ ਨੇੜੇ ਢੁੱਕ ਕੇ ਬਹਿਣ ਤੋਂ ਮੋੜਦੀ ਸੀ ਤੇ ਅ ਕੱਚ ਦੇ ਗਲਾਸ ਸਾਰਾ ਰਸ ਚੂਸ ਲੈਂਦੇ ਸਨ ਕੱਚ ਦੇ ਗਲਾਸ ਤੇ ਅਜੇ ਜਵਾਨੀ ਆਈ ਜੋ ਵਿੱਚ ਕੌਣ ਬੁਢਾਪੇ ਨੂੰ ਆਵਾਜ਼ਾਂ ਮਾਰ ਲੈ ਪਰ ਅਥਰੇ ਗਲਾਸ ਰੋਕਿਆਂ ਵੀ ਕਦ ਮਾਪਣੋਂ ਕਦ ਮਾਪਣੋਂ ਨਹੀਂ ਸੀ ਰੁਕਦੇ ਜੁੜੀਆਂ ਮਹਿਫਲਾਂ ਰੰਗ ਵਿੱਚ ਆਈਆਂ ਕੁੰਗਰੂ ਛਣ ਕੇ ਸਰੰਗੀ ਤੇ ਗਾਜ ਫਿਰਿਆ ਨਾਜ਼ਕ ਕਮਰ ਨੇ ਹਚਕੋਲੇ ਖਾਦੇ ਹੁਸਨ ਜਵਾਨੀ ਦੇ ਨੇੜੇ ਟੁਕ ਟੁਕ ਕੇ ਬੈਠਣ ਲੱਗਿਆ ਪਰਦੇ ਪਿੱਛੇ ਗੋਰੀਆਂ ਦੇ ਦਿਲ ਕਾਬੂ ਵਿੱਚੋਂ ਬਾਹਰ ਹੋਏ ਤੇ ਅਥਰੇ ਤੇ ਜ਼ਿੱਦੀ ਬਾਲ ਵਾਂਗੂ ਜਿੱਤੇ ਪਏ ਕੋਈ ਬੇਗਮ ਬਣ ਦੇ ਖਬਰ ਦੇਖ ਰਹੀ ਸੀ ਤੇ ਕੋਈ ਮਲਕਾ ਕਿਸੇ ਦੀ ਅੱਖ ਕਾਜ਼ੀ ਤੇ ਸੀ ਤੇ ਕੋਈ ਜਰਨਲ ਤੇ ਅੱਖਾਂ ਲਾਈ ਬੈਠੀ ਸੀ ਹਮਾਤਰਾ ਤਾਂ ਖਿਦਮਤਗਾਰਾਂ ਤੇ ਹੀ ਇਹ ਜੀਹ ਹੋ ਨਿਆ ਸਨ। ਵਾਲੀਏ ਹਿੰਦ ਤੇ ਕੁਰਰੇ ਸੁੱਟੇ ਜਾ ਰਹੇ ਸਨ। ਕੌਣ ਕੀ ਦੀ ਨਜ਼ਰ ਵਿੱਚ ਜਜੇ ਇਹ ਤਾਂ ਖੁਦਾ ਹੀ ਜਾਣਦਾ ਸੀ। ਸਾਰੇ ਆਦਿਆਂ ਦੇ ਅੰਦਰ ਤੂਫਾਨ ੜਕਿਆ ਹੋਇਆ ਸੀ। ਪਰਦੇ ਹਿੱਲ ਜਾਂਦੇ ਕਿਸੇ ਗੋੜੀ ਕੋਰੀ ਦੀਆਂ ਚੂੜੀਆਂ ਦੀ ਹੁੱਜ ਨਾਲ ਮਹਿਫਿਲ ਵਿੱਚ ਕਿਸੇ ਦੇ ਲੌਂਗ ਤਾਂ ਨਿਸ਼ਕਾਰਾ ਚੰਗ ਲਿਆ ਨਹੀਂ ਸੀ ਜਾਂਦਾ। ਨਵੇਂ ਸੂਬੇ ਨਾਲ ਹਰਮ ਵਿੱਚ ਨਮੀਆਂ ਔਰਤਾਂ ਆਈਆਂ। ਇਹ ਲਾਹੌਰ ਦੀ ਰਵਾਇਤ ਸੀ। ਲਾਹੌਰ ਵਿੱਚ ਮਹਿੰਦੀ ਦਾ ਮੁੱਲ ਚੜ ਗਿਆ ਦਮੜੀ ਦਾ ਸੱਕ ਮੋਹਰਾਂ ਦੇ ਭਾਅ ਤੁਰ ਲ ਗਿਆ ਮੁਹਬਤ ਖਾਨ ਦੇ ਲਾਹੌਰ ਵਿੱਚ ਪੈਰ ਪੈਰ ਤਰਨ ਦੀਆਂ ਵਰਤਕ ਤਾਂ ਸਨ ਪ੍ਰਾਣੀਆਂ ਬੇਗਮਾਂ ਨੂੰ ਸ਼ੀਸ਼ੇ ਸਾਹਮਣੇ ਬੈਠਿਆਂ ਸ਼ਰਮ ਆਉਣ ਲੱਗ ਪਈ ਰੂਪ ਫਿੱਕਾ ਫਿੱਕਾ ਜਾਪਣ ਲੱਗਿਆ ਮੁਹਬਤ ਖਾਨ ਮਹਿਲ ਵਿੱਚ ਮਹਿਫਲ ਵਿੱਚ ਕੀ ਆਇਆ ਬਹਾਰਾਂ ਨੰਗੇ ਮੂੰਹੀ ਆਣ ਬੜੀਆਂ ਲਾਹੌਰ ਜਿਵੇਂ ਜੰਨਤ ਦੀ ਕੁੜਮਣੀ ਬਣ ਗਿਆ ਆਸ਼ਕ ਮਜਾਜਾਂ ਦੇ ਜਮਕਟੇ ਤਾਂ ਲੱਗੇ ਹੀ ਸਨ ਲਾਹੌਰ ਚ ਹੋਰਾਂ ਦੀ ਹੁਸਨ ਦੀ ਨਮਾਇਸ਼ ਵੀ ਆਣ ਜੁੜੀ ਖਿੜੇ ਹੋਏ ਖਿਲਾਬ ਹੋਣ ਤੇ ਭੌਰੇ ਨਾ ਆਉਣ ਇਹ ਵੀ ਕਦੇ ਹੋਇਆ ਹੈ ਮਹਾਵਤ ਖਾਨ ਦਖਣ ਵਿੱਚੋਂ ਨਵਾਂ ਨਵਾਂ ਆਇਆ ਸੀ ਉਹਨਾਂ ਗੋਲ ਕੁੰਡੇ ਦੇ ਨਵਾਬਾਂ ਦੇ ਦਰਵਾਜ਼ੇ ਦੇ ਅਜੇ ਫੱਟੇ ਤੋੜੇ ਹੀ ਸਨ ਅਜੇ ਛਿੱਲਾਂ ਵੀ ਸਾਫ਼ ਨਹੀਂ ਸਨ ਹੋਈਆਂ ਬੁਰਕੇ ਉਹਨਾਂ ਦੀਆਂ ਤਲਵਾਰਾਂ ਨੇ ਕਈ ਲੀਰੋ ਲੀਰ ਕੀਤੇ ਸਨ ਤਨਸ਼ਾਦਾ ਹਰਮ ਵਿਖਰਿਆ ਤੇ ਜਿੱਦੇ ਜੋ ਹੱਥ ਲੱਗਿਆ ਉਹਦੇ ਉਹਨੇ ਉਹਦੇ ਨਾਲ ਹੀ ਜਿਹੜਾ ਹੈ ਆਪਣੀ ਖੁਸ਼ੀ ਮਨਾ ਲਈ ਨਵੇਂ ਲਹੂ ਵਿੱਚ ਨਮੀ ਖੁਸ਼ਬੂ ਸੁੰਘਣ ਲੱਗ ਪਏ ਦਿੱਲੀ ਦੇ ਵਿਜੈ ਤਲਵਾਰਾਂ ਨੇ ਈਮਾਨ ਦੇ ਟੁਕੜੇ ਕਰ ਦਿੱਤੇ ਈਮਾਨ ਛਿੱਕੇ ਤੇ ਟੰਗ ਦਿੱਤਾ ਚੁੱਪ ਲਈਆਂ ਤਲੰਗਣਾਾਂ ਦਿੱਲੀ ਦੇ ਭੌਰਿਆਂ ਨੇ ਦੰਤ ਕਥਾ ਬਣ ਗਈ ਲਾਹੌਰ ਵਿੱਚ ਗੋਲਕੁੰਡੇ ਦੀ ਲੋਕ ਗੋਲਕੁੰਡੇ ਵਾਰੇ ਬੁੱਲਾਂ ਤੇ ਜੀਭ ਫੇਰ-ਫੇਰ ਕੇ ਗੱਲਾਂ ਕਰਦੇ। ਉਹ ਉਸ ਗੋਲਕਿੰਡੇ ਦੀਆਂ ਗੱਲਾਂ ਘਰ-ਘਰ ਕਰ ਗਈਆਂ ਜਿੱਥੇ ਹੌਸਨ ਤੇ ਇਸ਼ਕ ਦੇ ਘਰ-ਘਰ ਮੇਲੇ ਲੱਗਦੇ ਸਨ। ਮੁਹਬਤ ਦਾ ਦਿਲ ਵੀ ਇਤੇ ਆਮ ਬੰਦੇ ਵਰਗਾ ਦਿਲ ਸੀ। ਸਿਰਫ ਬਾਦੂ ਨੰਬਰਦਾਰੀ ਹੀ ਸੀ। ਜੇ ਨੰਬਰਦਾਰੀ ਸੀ ਤਾਂ ਉਹ ਸੀ ਸੂਬੇਦਾਰੀ। ਤਾਂ ਜੇ ਕੋਈ ਸੋਹਣੀ ਇਸਤਰੀ ਲੰਘਦੀ ਜੇ ਕਿਤੇ ਮੁਹਬਤ ਖਾਂ ਦੇਖਦਾ ਲੰਦਾ ਉਦੇ ਪੈਰ ਉੱਥੇ ਹੀ ਰੁਕ ਜਾਂਦੇ ਹਨ ਮੇਖਾਂ ਠੁਕ ਜਾਂਦੀਆਂ ਬੇਰਹਿਮ ਤਲਵਾਰ ਵੀ ਉਹਦਾ ਰਸਤਾ ਰ ਸਾਫ ਨਾ ਕਰ ਸਕਦੀ ਰੇਸ਼ਮੀ ਬੁਰਕਿਆਂ ਦੀ ਝਾਲ ਚੱਲਣੀ ਕੋਈ ਮੁਖੌਲ ਥੋੜਾ ਜਿ ਇੱਕ ਦਿਨ ਜਦੋਂ ਗਲਾਸ ਮਹਿਫਲੇ ਚ ਟਕਰਾ ਰਹੇ ਸਨ ਜੰਨਤ ਦੀ ਆਬੋ ਹਾਇਤ ਗਲਾਸ ਵਿੱਚੋਂ ਪੱਬ ਚੁੱਕ ਚੁੱਕ ਗਲਾਸ ਦੇ ਬੋਸੇ ਲੈ ਰਹੀ ਸੀ ਵਜੂਦ ਵਿੱਚ ਸੀ ਮਹਿਫਲ ਦਲਾਵਰ ਖਾਨ ਨੇ ਫਰਸ਼ੀ ਸਲਾਮ ਕਰਦਿਆਂ ਆਖਿਆ ਸੂਬੇਦਾਰੀ ਮੁबारक ਹੋਵੇ ਖਾਨ ਸਾਹਿਬ ਤੇਰੀਆਂ ਹੀ ਮਿਹਰਬਾਨੀਆਂ ਦਾ ਸਿਲਾਏ ਜਰਨੈਲ ਵਰਨਾ ਪੰਜਾਬ ਦੀ ਸੂਬੇਦਾਰੀ ਤੇ ਮੈਂ ਮਹਾਵਤ ਖਾਨ ਦੇ ਬੋਲ ਉਪਰੇ ਨਹੀਂ ਨਹੀਂ ਸਰਦਾਰ ਸਰਕਾਰ ਤੁਹਾਡੇ ਬਗੈਰ ਹੋਰ ਕਿਹੜਾ ਸੀ ਪੰਜਾਬ ਦੀ ਸੂਬੇਦਾਰੀ ਦੇ ਕਾਬਿਲ ਦੱਖਣ ਨੇ ਦੇਸ਼ ਨੇ ਸਾਰੇ ਨਾਮਵਾਰ ਜਰਨੈਲ ਖਾ ਲਏ ਸਨ ਮੁਗਲ ਹਕੂਮਤ ਪੱਜ ਪਾਪਾ ਕੇ ਰੇਤ ਦੀਆਂ ਕੰਜੀ ਕੱਚੀਆਂ ਕੰਧਾਂ ਉਸਾ ਰਹੀ ਹੈ ਪੰਜਾਬ ਵਿੱਚ ਤੁਹਾਡੀ ਟੱਕਰ ਦਾ ਹੁਣ ਕੋਈ ਬੰਦਾ ਹੀ ਨਹੀਂ ਪੰਜਾਬ ਵਿੱਚ ਹੁਣ ਤੁਹਾਡੇ ਨਾਂ ਦੇ ਸ਼ਾਦਿਆਨੇ ਵੱਜਣਗੇ ਆਖ ਕੇ ਜਰਾ ਕੋ ਚੁੱਪ ਹੋਇਆ ਤਲਾਬ ਰਖਾਂ ਪਰੀ ਮਹਿਫਲ ਵਿੱਚ ਇੱਕ ਸਨਾਟਾ ਜਿਹਾ ਛਾਇਆ ਆਧਾ ਅੱਧ ਨਸ਼ੀਆਂ ਦਾ ਨਸ਼ਾ ਲੈ ਹੀ ਗਿਆ ਸੂਫੀ ਜਿਹਾ ਹੋ ਬੈਠੇ ਪਰ ਖੁਮਾਰ ਅਜੇ ਵੀ ਅੱਖਾਂ ਦੇ ਡੋਰਿਆਂ ਵਿੱਚੋਂ ਝਲਕਦਾ ਸੀ ਕੁੰਗੁਰੂ ਥੰਮੇ ਗਾਜ਼ ਰੁਕ ਗਿਆ ਸਾਰੰਗੀ ਦੇ ਯਕਤਮ ਨੱਚਦੀ ਗੁਲਨਾਰ ਦੇ ਗਲ ਦਾ ਮਣਕਾ ਟੁੱਟਣੋਂ ਮਸਾਂ ਬਚਿਆ ਮਸਾ ਮਸਾ ਇਹ ਸੰਭਲੀ ਹਜ਼ਾਰਾਂ ਦਿਲਾਂ ਦਾ ਜਵਾਨਾਂ ਦਾ ਦਿਲ ਸੰਭਣ ਵਾਲੀ ਗੁਲਨਾਰ ਰੁਕ ਗਈ ਉਹ ਕਹੀਏ ਮੈਂ ਤੇ ਆਉਂਦਿਆਂ ਹੀ ਤਲਵਾਰ ਲਾ ਕੇ ਫਰਸ਼ ਤੇ ਰੱਖ ਗਈ ਆਖਣ ਵਾਲਾ ਦਿਲਾਵਰ ਖਾਂ ਸੀ ਤਲਵਾਰ ਹੀ ਲਾ ਕੇ ਰੱਖੀ ਏ ਰੋਬ ਤੇ ਨਹੀਂ ਬੋਜੇ ਵਿੱਚ ਪਾ ਲਿਆ ਜਲਾਲ ਸਾਹਮਣੇ ਕੀ ਦੀਆਂ ਨਜ਼ਰਾਂ ਹੂ ਰੂਬੂ ਹਨ ਤਬਲੇ ਵਾਲੇ ਨੇ ਤਬਲੇ ਦੀ ਥਾਪ ਦੇ ਕੇ ਬੋਲ ਈ ਲਕੋਲੇ ਤਲਵਾਰ ਨਾਲੋਂ ਔਰਤ ਜ਼ਿਆਦਾ ਖਤਰਨਾਕ ਹੁੰਦੀ ਹੈ ਜਰਨੈਲ ਸਾਹਿਬ ਸੂਬੇਦਾਰ ਦੇ ਹਾਨਿਆਂ ਵਿੱਚ ਇੱਕ ਨੇ ਕਿਹਾ ਇਹ ਔਰਤ ਤੇ ਨਹੀਂ ਹੁਸੈਨਾ ਏ ਕੁਦਰਤ ਦਾ ਤੋਹਫਾ ਏ ਨੱਚ ਨੱਚ ਮਸ ਮਹਿਫਲ ਤੇ ਸਮਾਂ ਬੰਨ ਦੇ ਮੇਰਾ ਯਾਰ ਅੱਜ ਸੂਬੇਦਾਰ ਬਣਿਆ ਲੈ ਮੇਰੇ ਯਾਰ ਦੇ ਸਿਰ 'ਸੱਤ ਕੀ ਮੋਹਰਾਂ ਦੀ ਥੈਲੀ ਤਲਾਵਰ ਖਾਂ ਬਿਨ ਪੀਤੇ ਹੀ ਨਸ਼ੇ ਵਿੱਚ ਸੀ ਮਹਿਫਲ ਵਿੱਚ ਘੁੰਗਰੂਆਂ ਦੀ ਦੱਬੀ ਜਵਾਨ ਨੇ ਫਿਰ ਬੁੱਲ ਖੋਲੇ ਤੇ ਗੋਰੀ ਨੇ ਇੱਕੋ ਹੀ ਗੇੜੇ ਵਿੱਚ ਹੁਸਨ ਦੀਆਂ ਮੁਠੀਆਂ ਪਰ ਪਰ ਕੇ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਮਹਿਫਲੇ ਚ ਬਹਾਰਾਂ ਨੇ ਮਹਿਫਲ ਦਾ ਮੂੰਹ ਚੁੰਮ ਲਿਆ ਤੇ ਬਹਾਰ ਦੀਆਂ ਹਵਾਵਾਂ ਦੇ ਝੁੰਕੀਆਂ ਤੇ ਫਿਰ ਬਸਤ ਵਿੱਚ ਆਏ ਸ਼ਰਾਪੀਆਂ। ਹੁਸਨ ਜਮਾਨੇ ਸ਼ਰਾਪਤੀਆਂ ਰਿਸ਼ਬਤਾਂ ਭਰੀ ਮਹਿਫਲ ਵਿੱਚ ਹੀ ਦਿੱਤੀਆਂ ਜਾ ਰਹੀਆਂ ਸਨ। ਬਹਾਵਤ ਖਾਂ ਦੇ ਸਿਰ ਤੋਂ ਬਾਰ-ਬਾਰ ਕੇ ਮੋਹਰਾਂ ਦੀਆਂ ਥੈਲੀਆਂ ਉਦੇ ਯਾਰ ਸ਼ਰਾਬ ਦੇ ਪਿਆਲੇ ਬਟਾ-ਬਟਾ ਕੇ ਪੀ ਰਹੇ ਸਨ ਬੇਸੁੱਧ ਮਸਤੀ ਵਿੱਚ ਝੂਮ ਰਹੀ ਸੀ ਸਾਰੀ ਮਹਿਫਿਲ ਤੇ ਮਹਿਫਲ ਦੇ ਮਤਵਾਲੇ ਤਮਾਸ਼ੀ ਦਲਾਰਖਾਨੇ ਮਹਾਵਤਖਨ ਹੁਜਮਾਰੀ ਤੇ ਆਖਣ ਲੱਗਿਆ ਵੇਖਿਆ ਹੀ ਪੰਜਾਬ ਉਹ ਪੰਜਾਬ ਵੇਖਿਆ ਯਾਰ ਪਰ ਗੋਲਕੁੰਡੇ ਦਾ ਕੋਈ ਜਵਾਬ ਨਹੀਂ ਗੋਲਕੁੰਡਾ ਗੋਲਕੁੰਡਾ ਏ ਉਹ ਗੋਲਕੁੰਡਾ ਸਾਊਥ ਵਿੱਚ ਇੱਕ ਜਗ੍ਹਾ ਦਾ ਹੋਣਾਗਾ ਹੀਰਿਆਂ ਦੀ ਖਾਣੇ ਹੋ ਹੀਰੇ ਉਸ ਦੀ ਕੁੱਖ ਵਿੱਚੋਂ ਹੀ ਨਿਕਲਦੇ ਨੇ ਮਹਾਵਤ ਖਾਂਦੇ ਬੋਲ ਛਣਕ ਦੇ ਘੁੰਗਰਾਂ ਵਿੱਚ ਹੀ ਗਵਾਜ ਗਏ ਹੀਰਿਆਂ ਦੀ ਮਾਲਾ ਸਿਰਫ ਪੰਜਾਬ ਹੀ ਪਾਉਂਦਾ ਹੈ ਪੰਜਾਬ ਵਿੱਚ ਹੀ ਸੋਹਣੀਆਂ ਤੇ ਹੀਰਾ ਜਨਮ ਲੈਂਦੀਆਂ ਨੇ ਪੰਜਾਬ ਦੀ ਜੁੱਤੀ ਦੀ ਰੀਸ ਨਹੀਂ ਕਰ ਸਕਦਾ ਦੱਖਣ ਪਵਾਲ ਭਗমতী ਰੂਪਮਤੀ ਵਰਗੀਆਂ ਇੱਥੇ ਘਰ ਘਰ ਜੰਮਦੀਆਂ ਨੇ ਚਨਾ ਤੇ ਰਾਵੀ ਗੋਰੀਆਂ ਦਾ ਰਾਖਾ ਏ ਦਲਾਵਰ ਖਾਂ ਮਜ਼ੇ ਲੈ ਲੈ ਕੇ ਕਹਿ ਰਿਹਾ ਸੀ ਮੋਰਕ ਮੋਹਰ ਦਾ ਤਾਪ ਜੜੇ ਇਨ੍ਹਾਂ ਗੋਰੀਆਂ ਦੇ ਰਾਖਿਆਂ ਕੁਦਾ ਇਹਨਾਂ ਦੇ ਪਾਣ ਦੇ ਚਸ਼ਮੇ ਨੂੰ ਅੱਗ ਲਾ ਦੇਵੇ ਇਹ ਮਖਮਲੀ ਮੁਟਿਆਰਾਂ ਮੁਗਲਾਂ ਦੇ ਹਰਮਾਂ ਦੇ ਹੀ ਕਾਬਲ ਨੇ ਐਵੇਂ ਕਾਫਰ ਕਬਜ਼ਾ ਕਰੀ ਬੈਠੇ ਨੇ ਮੁਗਲਾਂ ਦੇ ਦਰਲੀ ਜਿੱਥੇ ਵਿੱਚੋਂ ਇੱਕ ਬੋਲਿਆ ਤੇਰਾ ਇਸ਼ਾਰਾ ਪਹਾੜ ਦੀਆਂ ਬਰਫ਼ ਨਾਲ ਦੱਦੀਆਂ ਚੋਟੀਆਂ ਵੱਲ ਤਾਂ ਨਹੀਂ ਜਿੱਥੇ ਕੁਦਰਤ ਕਿੱਕਲੀ ਪਉਂਦੀ ਹੈ ਤੇ ਖੇੜਾ ਮੁੱਢੇ ਮਾਰ ਕੇ ਲੰਗ ਲੰਗਦਾ ਮਹਾਵਤਖਾਂ ਦਾ ਨਸ਼ਾ ਅਜੇ ਤੱਕ ਖਿੜਿਆ ਨਹੀਂ ਸੀ ਉਸੇ ਵਾਲੀ ਇਹ ਹਜ਼ੂਰ ਕੀ ਦੀ ਗੱਲ ਕਰ ਰਹੇ ਹੋ ਜਰਨੈਲ ਸਾਹਿਬ ਮੁਹਬਤਾਂ ਦੇ ਬੋਲ ਸਨ ਦੱਖਣ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਕਲੀ ਦਾ ਕੁੰਡ ਲਾ ਕੇ ਮਜ਼ਾ ਲੁੱਟੀਦਾ ਸੀ ਰਾਤ ਇੱਕ ਮਧੋਲੀ ਤੇ ਦੂਜੀ ਦੂਜੇ ਦਿਨ ਦੂਜੀ ਤਲਾਸ਼ ਇੱਧਰ ਰਾਤ ਸ਼ਮਸ਼ਮ ਕਰਦੀ ਆਈ ਤੇ ਉੱਧਰ ਗੋਰੀ ਨੇ ਸ਼ਮਸ਼ਮ ਕਰਦੇ ਪੈਰ ਧਰੇ ਦਿਨੇ ਤਲਵਾਰ ਤੇ ਰਾਤੀ ਔਰਤ ਬਸ ਦੱਖਣ ਦੀਆਂ ਰਾਤਾਂ ਤੇ ਦਿਨ ਅੱਜ ਵੀ ਯਾਦ ਆਉਂਦੇ ਨੇ ਪੰਜਾਬ ਵਿੱਚ ਆ ਕੇ ਤੇ ਦੇਰੀ ਬੁੱਝ ਗਿਆ ਉਹੋ ਪ੍ਰਾਣੀਆਂ ਘਸੀਆਂ ਪੇਟੀਆਂ ਰਕਾਨਣਾ ਪੰਜਾਬ ਦੇ ਚਰਚੇ ਸੁਣ ਸੰਨ ਵੇਖਿਆ ਨਹੀਂ ਸੀ ਮਾਵਤਖਾਨੇ ਦਿਲ ਤੇ ਹੱਥ ਰੱਖ ਦਿਆਂ ਕਿਹਾ ਦੱਖਣ ਵਿੱਚ ਬੱਕਰੀਆਂ ਸਨ ਤੇ ਪੰਜਾਬ ਵਿੱਚ ਬੂਰੀਆਂ ਪਸਮਾਉਣੀਆਂ ਮਰਦਾਉ ਬਣਾਏ ਪੰਜਾਬ ਵਿੱਚ ਨਾਰਵੰਦੇ ਵਸਦੇ ਨੇ ਇੱਥੇ ਦੱਖਣ ਵਰਗੀ ਖੋਲ ਨਹੀਂ ਸੋਚ ਸਮਝ ਕੇ ਹੱਥ ਪਾਉਣਾ ਪੈਂਦਾ ਹੈ ਪੰਜਾਬ ਦੀ ਮਰਿਆਦਾ ਕਿਸ ਤਰ੍ਹਾਂ ਬਦਲਦੀ ਜਾਵੇ ਖੈਰ ਇੱਥੇ ਵੀ ਦੱਖਣ ਵਰਗੀਆਂ ਮਹਿਫਲਾਂ ਜੰਮਣਗੀਆਂ ਧੀਰੇ ਜਿਰੇ ਰੱਖੋ ਸਲਾਸੀ ਦਲਾਵਰ ਖਾਨ ਦੇ ਮਹਿਫਲ ਵਿੱਚ ਗਰਮੀ ਆ ਚੁੱਕੀ ਸੀ ਪਿਆਲੇ ਬਟਾ ਬਟਾ ਕੇ ਪੀ ਰਹੇ ਸਨ ਹਵੇਲੀਆਂ ਵਾਲੇ ਜ਼ਗੀਰਾਂ ਵਾਲੇ ਤਲਵਾਰਾਂ ਵਾਲੇ ਸ਼ਰਾਬ ਨੇ ਨਸ਼ਈ ਕਰ ਦਿੱਤੇ ਮੈਦਾਨਾਂ ਵਿੱਚ ਲੜਨ ਵਾਲੇ ਯੋਧੇ ਗੁੱਟ ਹੋ ਗਏ ਦਲਾਵਰ ਖਾਨ ਮੁਹਬਤ ਖਾਨ ਤੇ ਉਹਦੇ ਯਾਰ ਮਹਿਫਲ ਵਿੱਚ ਜਾਂ ਬਰੀਆਨੀ ਦੀ ਖੁਸ਼ਬੂ ਸੀ ਜਾਂ ਮੁਰਗੇ ਤੇ ਜਾਂ ਹੁਸਨ ਦੀਆਂ ਲੱਪਟਾਂ ਸਨ ਮਹਿਫਲ ਵਿੱਚ ਖੁਸ਼ੂ ਹੋਈ ਖੁਸ਼ੂ ਸੀ ਪਰ ਇਹ ਸ਼ਰਾਬ ਦਾ ਪਿਆਲਾ ਇੱਕੋ ਝਟਕੇ ਵਿੱਚ ਹੀ ਪੀਆ ਦਲਾਵਰ ਖਾਂ ਨਸ਼ਈ ਗੁਰ ਨਾਰ ਦੀ ਪਿੰਡਲੀ ਤੇ ਚੁੰਡੀ ਵੱਡੀ ਤੇ ਇਸ਼ਕ ਨੇ ਦਲਾਵਰ ਖਾਂ ਨੂੰ ਬੇਸੁੱਧ ਕਰ ਦਿੱਤਾ ਯਾਰ ਖੂਬਸੂਰਤ ਬਾਰਾਂ ਬਰੀਆਂ 12 ਦਰੀਆਂ ਉਹਨਾਂ ਤੱਕ ਸੋਹਣੀਆਂ ਨਹੀਂ ਲੱਗਦੀਆਂ ਜਿੰਨਾ ਤੱਕ ਉਹਨਾਂ ਵਿੱਚ ਝਾਂਜਰਾ ਛਣਕ ਕੇ ਕੰਗਣਾਂ ਦਾ ਖੜਾ ਖੜਕਾਣਾ ਹੋਵੇ ਮੱਦਮ ਜਿਹਾ ਬਾਜ ਸਾਜ ਹੋਵੇ ਚੂੜੀਆਂ ਦਾ ਮਹਾਵਤ ਖਾਂ ਦੀ ਮੱਦਮ ਜਹੀ ਆਵਾਜ਼ ਸੀ ਉਹ ਵੀ ਹੋ ਜਾਏਗਾ ਮੇਰੇ ਯਾਰ ਤੇਰੇ ਲਾਰਿਆਂ ਨੇ ਮਹੀਨਾ ਲਗਾ ਦਿੱਤਾ ਹੋਰ ਸਬਰ ਨਹੀਂ ਹੁੰਦਾ ਹਰਮ ਵਿੱਚ ਕਈ ਤੋਹਫੇ ਆਏ ਤੇ ਕਈ ਚਲੇ ਗਏ ਪਰ ਅੱਖਾਂ ਨਹੀਂ ਭਰੀਆਂ ਦਿਲ ਨਹੀਂ ਰਿਜਿਆ ਅਜੇ ਵੀ ਕਈ ਹਨ ਲਹੂ ਚੂਪ ਵੇ ਜੇ ਹੱਥ ਲਾ ਲਈ ਪਰ ਯਾਰ ਆਨੰਦ ਨਹੀਂ ਆਇਆ ਇੰਨਾ ਕੁਝ ਹੁੰਦੇ ਹੋਏ ਵੀ ਹਰ ਮਜੇ ਤੱਕ ਸੁੰਨਾ ਸੁੰਨਾ ਹੈ ਬੜਬੜ ਖਾਂਦੀ ਇਸੇ ਕਿਸੇ ਦੋ ਸੀਜ਼ਨ ਨੇ ਦਿਲ ਟੁੰਬਿਆ ਨਹੀਂ ਉੱਪਰਿਆਂ ਉੱਪਰਿਆਂ ਜਾਪਦੀ ਹਨ ਦਿਰ ਭਿੱਜਿਆ ਹੀ ਨਹੀਂ ਤੇ ਅੱਖਾਂ ਦੀ ਤੇ ਨਹੀ ਬੁਜੀ ਰਾਤ ਕਰੋੜਾਂ ਬਦਲਦਿਆਂ ਹੀ ਲੰਘ ਜਾਂਦੀ ਹੈ ਯਾਰ ਹైదరాబాద్ ਅਜੇ ਵੀ ਚਿੱਤੇ ਆਉਂਦਾ ਮਹਾਵਤਖਾਂ ਦੇਲ ਅਜੇ ਵੀ ਡੋਸਕ ਡੋਸਕ ਪੈ ਰਹੇ ਹਾਸੇ ਇੰਨੇ ਨਿੱਕੀ ਗੱਲ ਨੇ ਪਰੇਸ਼ਾਨ ਕਰ ਦਿੱਤਾ ਹਜ਼ੂਰ ਨੂੰ ਮੈਂ ਖਾਹਿਸ਼ਾਂ ਪੂਰੀਆਂ ਕਰਾਂਗਾ ਹਜ਼ੂਰ ਦੀਆਂ ਪਾਲਕੀਆਂ ਦਾ ਕਤਾਰਾਂ ਬਨਦੋਂ ਡੋਲੇ ਇੱਥੇ ਸਜਦਾ ਕਰਕੇ ਜਾਣਗੇ ਦਲਾਵਰ ਖਾਂ ਦੇ ਬੋਲ ਵਿੱਚ ਅਲਾਇਸ ਸੀ ਰੋਵਦੀ ਭਾਵੇਂ ਖਾਲੀ ਹੀ ਹੁਣ ਡੋਲੇ ਤੇ ਪਾਲਕੀਆਂ ਮਹਾਵਤਖਾਂ ਨੇ ਬਿਆੰਗ ਕਸਿਆ ਹੱਸ ਪੈ ਦੋਵੇਂ ਨੇ ਉਹਨਾਂ ਨੇ ਗੋਲ ਵਰਗੀ ਇਸਤਰੀ ਸਾਕੀ ਅਤੇ ਸ਼ਰਾਬ ਪੇਸ਼ ਕਰ ਰਹੀ ਹੈ। ਕਬੂਲ ਫਰਮਾਓ। ਜਜ਼ਬਾਤ ਨੂੰ ਪੁੱਠਾਵੇ ਤੇ ਭੜਕਣ ਬਲਬਲੇ। ਸ਼ਰਾਬ ਚਾਹੇ ਜਕਨ ਚ ਪਾ ਕੇ ਹੀ ਪੀ ਲੋ। ਗੋਰੀ-ਗੋਰੀ ਠੋਡੀ ਬਾਜਾ ਮਾਰ ਰਹੀ ਹੈ। ਇਹ ਸੇ ਬਹਾਨੇ ਚੁਕਾ ਕੇ ਅਲੜ ਸਾਕੀ ਦਾ ਮੂੰਹ ਝੂਠਾ ਕਰ ਦਿੱਤਾ। ਬਾਹਾਰ ਬਾਹਰ ਦਾ ਮੇਵਾ ਖਾ ਲੈਣਾ ਚਾਹੀਏ ਸਾਹਿਬ। ਗੱਲ ਤੇ ਬੜੀ ਮਾਰਕਦੀ ਏ। ਚਲੋ ਅਸੀਂ ਜੰਨਤ ਦੀ ਹੂਰ ਸਮਝ ਕੇ ਹੀ ਰਾਤ ਲੰਘਾ ਲਗਾਵਾਂਗੇ। ਸ਼ਰਾਬੀ ਬਹਾਪਤ ਕਾਂ ਬੁੱਢੇ ਦਿਲ ਦੀ ਭੁਜੇ ਦਿਲ ਦੀ ਹਵਾੜ ਕੱਢ ਰਿਹਾ ਸੀ ਸ਼ਰਾਬ ਨੇ ਜ਼ਰਾ ਹੋਰ ਰੰਗ ਚੜਾ ਦਿੱਤਾ ਦਲਾਵਰ ਖਾਨ ਨੂੰ ਇੱਕ ਹੋਰ ਫੁਰੀ ਆਖਣ ਲੱਗਿਆ ਸਰਕਾਰ ਮੈਂ ਸੁਣਿਆ ਏ ਵੇਖੀ ਨਹੀਂ ਪਰ ਜਿੰਨਾ ਵੇਖੀ ਇਹ ਦੱਸ ਨਹੀਂ ਸਕਦਾ ਸ਼ਰਾਬ ਨੇ ਜ਼ਰਾ ਹੋਰ ਰੰਗ ਚੜਾ ਦਿੱਤਾ ਦਲਾਵਰ ਖਾਨ ਨੂੰ ਇੱਕ ਹੋਰ ਫੁਰੀ ਆਖਣ ਲੱਗਿਆ ਸਰਕਾਰ ਮੈਂ ਸੁਣਿਆ ਏ ਵੇਖੀ ਨਹੀਂ ਪਰ ਜਿੰਨਾ ਵੇਖੀਏ ਦੱਸ ਨਹੀਂ ਸਕਦਾ ਦੱਬੀ ਜ਼ਬਾਨ ਚ ਆਖਿਆ ਤਲਾਬ ਖਾਨ ਕੋਣੇ ਉਹ ਇੱਕ ਹਸੀਨਾ ਉਹਦਾ ਨਾਂ ਕੀ ਏ ਹੁਸਨ ਦੀ ਪਟਾਰੀ ਲਜਜ਼ਸ ਦਾ ਚਸ਼ਮਾ ਕਿੱਥੇ ਰਹਦੀ ਏ ਸੱਤ ਸੱਤ ਤੇਲ ਸੱਤ ਸਤਲੋ ਦੇ ਪਾੜਾਂ ਵਿੱਚਕਾਰ ਕਿਹੜੀ ਜਗ੍ਹਾ ਏ ਉਹ ਪੰਜਾਬ ਵਿੱਚ ਹੀ ਏ ਉਹਦਾ ਕੋਈ ਨਾਂ ਤੇ ਨਹੀਂ ਹੈ ਤੇ ਫਿਰ ਦੱਸਦਾ ਕਿਉਂ ਨਹੀਂ ਦੱਸਦਾ ਹਾਂ ਡਰ ਆਉਂਦਾ ਹੈ ਕਿਤੇ ਗਲਤੀ ਨਾ ਹੋ ਜਾਵੇ ਗਲਤੀ ਕਾਦੀ ਤੇਰੀਆਂ ਗਲਤੀਆਂ ਮaaf ਕੀਤੀਆਂ ਜਾ ਸਕਦੀਆਂ ਨੇ ਤੇ ਫੇਰ ਉਹ ਆਨੰਦਪੁਰੇ ਆਨੰਦਪੁਰ ਸਿੱਖਾਂ ਦੀ ਨਗਰੀ ਹਾਂ ਸਰਕਾਰ ਉਹ ਉੱਥੋਂ ਦੀ ਰਹਿਣ ਵਾਲੀ ਹੈ ਲੋਕ ਆਖਦੇ ਨੇ ਕਿ ਖੁਦਾ ਨੇ ਉਹਨੂੰ ਬਣਾ ਕੇ ਉਹ ਕਲਮ ਉਸੇ ਵੇਲੇ ਤੋੜ ਦਿੱਤੀ ਸੀ ਜਦੋਂ ਉਹ ਪਾਣੀ ਪੀਂਦੀ ਸੀ ਤੇ ਉਹਦੇ ਗਾਲ ਵਿੱਚੋਂ ਜਾਂਦੀਆਂ ਬੂੰਦਾਂ ਗਿਣੀਆਂ ਜਾ ਸਕਦੀਆਂ ਸਨ ਜੇ ਉਹ ਆ ਜਾਵੇ ਤੇ ਫਿਰ ਹਰਮ ਵਿੱਚ ਚਿਰਾਗ ਲਗਾਉਣ ਦੀ ਲੋੜ ਨਹੀਂ ਪਵੇਗੀ। ਮੋਜ ਨੂੰ ਬਦਲੋ ਹਜ਼ੂਰ। ਸੁਣਿਆ ਹੈ ਕਿ ਉਹਦੇ ਫੁੱਲਾਂ ਤੇ ਚਲਦੀ ਦੇ ਪੈਰ ਛਿੱਲੇ ਜਾਂਦੇ ਨੇ। ਦਲਾਵਰ ਖਾਂ ਮਜ਼ੇ ਲੈ ਕੇ ਦੱਸ ਰਿਹਾ ਸੀ। ਤਾਂ ਤੇ ਉਹ ਇੱਕ ਉਜੂਬਾ ਹੋਇਆ ਦਲਾਵਰ ਖਾਂ। ਮੇਰੇ ਹਰਮ ਵਿੱਚ ਉਹਨਾਂ ਤਰੱਕ ਰੌਣਕ ਆ ਹੀ ਨਹੀਂ ਸਕਦੀ ਜਦੋਂ ਤੱਕ ਉਹ ਨਾ ਹੋਵੇ। ਮਹਾਬਤ ਖਾਂ ਨੇ ਫੇਰ ਬੁੱਲਾਂ ਤੇ ਜੀ ਫੇਰੀ। ਫਿਰ देर ਕਾਦੀ ਹੈ। ਪੈਰ ਫੂਖੂ ਕੇ ਧਰਨ ਵਾਲੀ ਗੱਲ ਐ ਜਲਤੀ ਕੀਤਿਆਂ ਖੁੰਨੇ ਸਿੱਕ ਜਾਣਗੇ ਉਹ ਇੰਨੀ ਫੌਜ ਕਾਦ ਲਈ ਐ ਨਸ਼ਈ ਮੁਹਾਵਤ ਖਾਂ ਕਹਿਣ ਲੱਗਿਆ ਫੌਜ ਨਾਲ ਜਿਤਨਾ ਆਸਾਨ ਨਹੀਂ ਤਦਵੀਰ ਨਾਲ ਮਾਰਨਾ ਪਊ ਆਰਾਮ ਨਾਲ ਹਰਮ ਜਾਓ ਇੰਤਜ਼ਾਰ ਹੋ ਰਹੀ ਐ ਜਲਦੀ ਹਰ ਕੰਮ ਦੇ ਵਿੱਚ ਚੰਗੀ ਨਹੀਂ ਹੁੰਦੀ ਤੇ ਮੁਹਾਵਤ ਖਾਂ ਮਜੂਰੀ ਵਿੱਚ ਝੂਨ ਦਾ ਝਾਮ ਦਾ ਹਰਮ ਵੱਲ ਚੱਲਿਆ ਗਿਆ ਮਹਿਫਿਲ ਬਰਖਾਸਤ ਹੋ ਗਈ ਤਬਲੇ ਤੇ ਸਰੰਗੀ ਵਾਲੇ ਉਂਗਲੀਆਂ ਦੇ ਕੜਾਕੇ ਕੱਢ ਰਹੇ ਸਨ ਤੇ ਰਾਤ ਦੇ ਦੋ ਪਹਿਰ ਲੰਘ ਚੁੱਕੇ ਸਨ ਇਹ ਤਾਂ ਹੈ ਸੀ ਦੂਸਰੇ ਪਾਗ ਦਾ ਜਿਹੜਾ ਹੈ ਇੰਨੇ ਬਿੰਨ ਪਾ ਪੜਿਆ ਹੈਗਾ ਤੇ ਇਹਦੇ ਜਿਹੜਾ ਸਾਰ ਲਿਖਣਾ ਹੈ ਉਹ ਕੀ ਹੈ ਵਿਭਾਗ 2 ਦੇ ਵਿੱਚ ਦੱਸਿਆ ਹੈ ਲੇਖਕ ਨੇ ਕਿ ਜਿਹੜਾ ਹੈ ਮਹਾਵਤ ਖਾਨ ਜਦੋਂ ਲਾਹੌਰ ਦਾ ਸੂਬੇਦਾਰ ਬਣਿਆ ਤਾਂ ਹੁਸਨ ਰਾਗ ਰੰਗ ਤੇ ਨਾਚ ਦੀਆਂ ਮਹਿਫਲਾਂ ਸਜ ਗਈਆਂ ਸ਼ਾਹੀ ਬਾਰਾਂਦਰੀ ਵਿਖੇ ਲਾਹੌਰ ਵਿੱਚ ਦਿੱਲੀ ਤੇ ਦੱਖਣ ਦੀਆਂ ਸਜੀਆਂ ਪਵੀਆਂ ਔਰਤਾਂ ਦੀ ਮੰਡੀ ਲੱਗ ਜਾਂਦੀ ਸੀ ਸ਼ਰਾਬ ਦੇ ਦੌਰ ਚੱਲ ਪਏ ਨਵੇਂ ਸੂਬੇਦਾਰ ਦੇ ਨਾਲ ਹੀ ਲਾਹੌਰ ਦੀ ਰਵਾਇਤ ਅਨੁਸਾਰ ਹਰਮ ਵਿੱਚ ਨਵੀਆਂ ਔਰਤਾਂ ਆਉਂਦੀਆਂ ਸੀ ਮਹਾਵਤ ਖਾਨ ਦੱਖਣ ਵਿੱਚੋਂ ਨਵਾਂ ਨਵਾਂ ਆਇਆ ਸੀ ਉਸਨੇ ਗੋਲਕੁੰਡੇ ਦੇ ਨਵਾਬ ਉੱਤੇ ਜਿੱਤ ਪ੍ਰਾਪਤ ਕਰਦਿਕੇ ਉਸਦੇ ਹਰਮ ਦੀਆਂ ਔਰਤਾਂ ਨੂੰ ਕਾਬੂ ਕਰ ਲਿਆ ਸੀ ਅਤੇ ਧਰਮ ਇਮਾਨ ਨੂੰ ਚਿੱਕ ਕੇ ਤੇ ਟੰਕੇ ਉਹਨਾਂ ਦੀ ਇੱਜ਼ਤ ਦੇ ਨਾਲ ਖੇਲਵਾੜ ਕੀਤਾ ਸੀ ਮਹਾਵਤ ਖਾਨ ਜਿੱਥੇ ਕਿਤੇ ਸੋਹਣੀ ਔਰਤ ਵੇਖਦਾ ਉਸਦੇ ਪੈਰ ਉੱਥੇ ਹੀ ਰੁਕ ਜਾਂਦੇ ਸੀ ਇੱਕ ਦਿਨ ਸ਼ਰਾਬ ਪੀਂਦੇ ਆ ਦਲਾਵਰ ਖਾਨ ਨੇ ਮਹਾਵਤ ਖਾਨ ਨੂੰ ਝੁੱਕ ਕੇ ਸਲਾਮ ਕਰਦੇ ਆ ਤੇ ਸੂਬੇਦਾਰੀ ਦੀ ਮੁਬਾਰਕਵਾਦ ਦਿੰਦੇ ਆ ਉਸ ਦੀ ਖੁਸ਼ਾਮਦ ਕੀਤੀ ਤੇ ਕਿਹਾ ਕਿ ਪੰਜਾਬ ਵਿੱਚ ਹੁਣ ਉਹਦੇ ਮੁਕਾਬਲੇ ਦਾ ਕੋਈ ਬੰਦਾ ਨਹੀਂ ਹੈਗਾ ਉਹ ਨੱਚਦੀ ਹੋਈ ਗੁਲਨਾਰ ਨੂੰ ਮੋਹਰਾਂ ਦੀ ਥੈਲੀ ਦਿੰਦਿਆਂ ਬੋਲਣ ਲੱਗਿਆ ਕਿ ਅੱਜ ਉਹਦਾ ਯਾਰ ਸੂਬੇਦਾਰ ਬਣਿਆ ਹੈ ਤੇ ਉਹ ਨੱਚ ਕੇ ਮਹਿਫਿਲ ਵਿੱਚ ਸਮਾਂ ਬੰਨਦੇ ਆ ਹੁਸਨ ਜਵਾਨੀ ਤੇ ਸ਼ਰਾਬ ਦੀਆਂ ਰਿਸ਼ਵਤਾਂ ਭਰੀ ਮਹਿਫਲ ਵਿੱਚ ਹੀ ਮੁਹਾਵਤ ਕਾਂ ਦੇ ਸਿਰ ਤੋਂ ਵਾਰ ਕੇ ਦਿੱਤੀਆਂ ਜਾ ਰਹੀਆਂ ਸਨ ਮੋਹਰਾਂ ਦੀਆਂ ਥੈਲੀਆਂ ਇੰਨਾ ਕੁਝ ਹੋਣ ਤੇ ਵੀ ਮੁਹਾਵਤ ਕਾਂ ਖੁਸ਼ ਨਹੀਂ ਸੀ ਉਹ ਕਹਿੰਦਾ ਸੀ ਕਿ ਗੋਲ ਕੁੰਡੇ ਦਾ ਮੁਕਾਬਲਾ ਨਹੀਂ ਉਹ ਤਾਂ ਹੀਰਿਆਂ ਦੀ ਖਾਣੇ ਇਹ ਸੁਣ ਕੇ ਦਲਾਵਰ ਖਾਨੇ ਕਿਹਾ ਕਿ ਹੀਰਿਆਂ ਦੀ ਮਾਲਾ ਤਾਂ ਸਿਰਫ ਪੰਜਾਬ ਹੀ ਪਾ ਸਕਦਾ ਹੈ ਤੇ ਇੱਥੇ ਹੀ ਸੋਹਣੀਆਂ ਤੇ ਹੀਰੇ ਜੰਮਦੀਆਂ ਨੇ ਦੱਖਣ ਪੰਜਾਬ ਦੀ ਰੁਜੁੱਤੀ ਦੀ ਰਸਵੀ ਨਹੀਂ ਕਰ ਸਕਦਾ ਪਰ ਮਹਾਵਤਖਾਂ ਕਹਿ ਰਿਹਾ ਸੀ ਕਿ ਦੱਖਣ ਵਿੱਚ ਉਹ ਹਰ ਰਾਤ ਕਿਸੇ ਨਵੀਂ ਕਲੀ ਦਾ ਕੁੰਡ ਲਾਉਂਦਾ ਸੀ ਤੇ ਦੂਜੇ ਦਿਨ ਦੂਜੀ ਦੀ ਤਲਾਸ਼ ਕਰਦਾ ਸੀ ਤੇ ਪੰਜਾਬ ਵਿੱਚ ਆ ਕੇ ਤਾਂ ਉਸ ਦਾ ਦਿਲ ਹੀ 부ਝ ਗਿਆ ਸੀ ਉਹ ਦਲਾਵਰ ਖਾਂ ਨੂੰ ਕਹਿ ਰਿਹਾ ਸੀ ਕਿ ਉਸ ਦੇ ਲਾਰਿਆਂ ਨੇ ਮਹੀਨਾ ਲਗਾ ਦਿੱਤਾ ਤੇ ਉਹ ਹੁਣ ਹੋਰ ਸਬਰ ਨਹੀਂ ਕਰ ਸਕਦਾ ਉਹ ਕਹਿੰਦਾ ਸੀ ਕਿ ਹਰ ਮੇਚ ਕਈ ਤੋਹਫੇ ਆਏ ਤੇ ਕਈ ਚਲੇ ਗਏ ਪਰ ਉਸ ਨੂੰ ਖੁਸ਼ੀ ਨਹੀਂ ਮਿਲੀ ਦਲਾਵਰ ਕਹਿੰਦਾ ਹੈ ਕਿ ਉਹ ਉਸਦੀ ਹਰ ਇੱਛਾ ਪੂਰੀ ਕਰੇਗਾ ਫਿਰ ਜਿਉਂ-ਜਿਉਂ ਸ਼ਰਾਬ ਦਾ ਨਸ਼ਾ ਹੋਰ ਖੜਿਆ ਦਲਾਵਰ ਖ ਮਹਾਵਤ ਖਾਨ ਨੂੰ ਕਹਿਣ ਲੱਗਿਆ ਕਿ ਸਤਲੁਜ ਦੇ ਸਰਸਾ ਦੇ ਪਾੜਾਂ ਵਿਚਕਾਰ ਸਿੱਖਾਂ ਦੀ ਨਗਰੀ ਅਮਨੰਤਪੁਰ ਦੇ ਵਿੱਚ ਇੱਕ ਫੁੱਲਾਂ ਵਰਗੀ ਨਾਜ਼ੁਕੋ ਹਸੀਨਾ ਰਹਿੰਦੀ ਹੈ ਜੇਕਰ ਉਹ ਉਸਦੇ ਹਰ ਵਿੱਚ ਆ ਜਾਵੇ ਤਾਂ ਚਿਰਾਗ ਜਗਾਉਣ ਦੀ ਲੋੜ ਨਹੀਂ ਪੈਣੀ ਇਹ ਸੁਣ ਕੇ ਮਹਾਵਤ ਖਾਨ ਨੇ ਉਸ ਨੂੰ ਹਰ ਵਿੱਚ ਲਿਆਉਣ ਦੀ ਪ੍ਰਸੰਗਤ ਕੀਤੀ ਤੇ ਇਸ ਲਈ ਉਸਨੇ ਆਪਣੀ ਫੌਜ ਦੀ ਵਰਤੋਂ ਕਰਨੀ ਚਾਹੀ ਪਰਦਲਾਵਰ ਖਾਨ ਨੇ ਕਿਹਾ ਕਿ ਉਹ ਫੌਜ ਨਾਲ ਉਸਨੂੰ ਪ੍ਰਾਪਤ ਨਹੀਂ ਕਰ ਸਕਦੇ ਇਸ ਲਈ ਉਹਨਾਂ ਨੂੰ ਕੋਈ ਤਰਕੀਬ ਵਰਤਣੀ ਪਵੇ ਤੈ ਤਾਂ ਸੀਗਾ ਇਸ ਪਾਠ ਦਾ ਸਾਰ ਤੇ ਉਮੀਦ ਕਰਦੀ ਹੈ ਕਿ ਤੁਹਾਨੂੰ ਸਮਝ ਲੱਗਿਆ ਹੋਵੇਗਾ ਤੇ ਤੁਸੀਂ ਇਸ ਨੂੰ ਪੇਪਰ ਦੇ ਵਿੱਚ ਲਿਖ ਸਕੋਗੇ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਨਾ ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜੇਕਰ ਇਸ ਚੈਨਲ ਤੇ ਨਵੇਂ ਆਏ ਹੈਗੇ ਹੋ ਤਾਂ ਪੰਜਾਬੀ ਵਿਆਕਰਨ ਵਾਲੀ ਪਲੇਲਿਸਟ ਜਰੂਰ ਦੇਖਣਾ ਉਹਦੇ ਵਿੱਚ ਤੁਹਾਡੇ ਲਈ ਕਾਫੀ ਮਹੱਤਵਪੂਰਨ ਮਟੀਰੀਅਲ ਹੈ ਤੇ ਜੇਕਰ ਵੀਡੀਓ ਤੁਹਾਡੀ ਪੜਾਈ ਦੇ ਲਈ ਕੁਝ ਵੀ ਮਹੱਤਵਪੂਰਨ ਹੋਈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ ਮਾਣ ਲਖਣਾ ਫਿਰ ਮਿਲਦੇ ਹੈਗੇ ਅਗਲੀ ਵੀਡੀਓ